ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਮੈਂ ਰਮਨਦੀਪ ਕੌਰ ਸਵਾਗਤ ਸੰਗੀ ਵਿਸ਼ੇ ਵਿੱਚ ਆਪ ਸਭ ਦਾ ਸਵਾਗਤ ਕਰਦੀ ਹਾਂ। ਬੱਚਿਓ, ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਕਹਾਣੀ, ਇਮਾਨਦਾਰੀ। ਹੁਣ ਤੁਸੀਂ ਸੋਚਦੇ ਹੋਵੋਗੇ, ਇਹ ਇਮਾਨਦਾਰੀ ਕੀ ਹੈ? ਆਪਣੇ ਆਪ ਨਾਲ ਜੋ ਵਫ਼ਾਦਾਰ ਰਹੇ, ਆਪਣੀ ਆਤਮਾ ਦਾ ਜੋ ਮਾਣ ਕਰੇ, ਉਸ ਗੁਣ ਦਾ ਨਾਮ ਹੈ ਇਮਾਨਦਾਰੀ। ਚਲੋ ਬੱਚਿਓ, ਸੁਣਦੇ ਹਾਂ ਕਹਾਣੀ ਇਮਾਨਦਾਰੀ। ਕਿਰਪਾਲ ਸਿੰਘ ਬਹੁਤ ਪਰੇਸ਼ਾਨ ਸੀ। ਉਸਦੀ ਖੇਤ ਵਾਲੀ ਮੋਟਰ ਦਾ ਕਿਸੇ ਨੇ ਪਟਾ ਚੋਰੀ ਕਰ ਲਿਆ ਸੀ। ਗਰੀਬ ਕਿਸਾਨ ਸੀ, ਨਵਾਂ ਪਟਾ ਖਰੀਦਣਾ ਬਹੁਤ ਮੁਸ਼ਕਿਲ ਸੀ। ਉੱਪਰੋਂ ਫਸਲ ਪਾਣੀ ਮੰਗ ਰਹੀ ਸੀ। ਕਿਰਪਾਲ ਦਾ ਦੋਸਤ ਪ੍ਰੇਮ ਸਿੰਘ ਆਪਣੇ ਦੋਸਤ ਦੀ ਘਟਨਾ ਸੁਣ ਕੇ ਬਹੁਤ ਦੁਖੀ ਹੋਇਆ। ਪ੍ਰੇਮ ਸਿੰਘ ਨੇ ਆਪਣੇ ਦੋਸਤ ਕਿਰਪਾਲ ਸਿੰਘ ਨੂੰ ਸੁਣਾ ਦਿੱਤਾ ਕਿ ਜਿਵੇਂ ਆਪਣਾ ਪਟਾ ਕਿਸੇ ਨੇ ਚੋਰੀ ਕੀਤਾ ਹੈ, ਆਪਾਂ ਵੀ ਅੱਜ ਰਾਤ ਨੂੰ ਕਿਸੇ ਦੀ ਮੋਟਰ ਤੋਂ ਪਟਾ ਲਾ ਕੇ ਲਿਆਵਾਂਗੇ। ਨੇਰੀ ਰਾਤ ਵਿੱਚ ਦੋਵੇਂ ਦੋਸਤ ਸਾਈਕਲ ਉੱਤੇ ਸਵਾਰ ਹੋ ਕੇ ਗੁਆਂਢੀ ਪਿੰਡ ਦੇ ਖੇਤਾਂ ਵਿੱਚ ਪਹੁੰਚ ਗਏ। ਉਹਨਾਂ ਨੇ ਇੱਕ ਮੋਟਰ ਤੋਂ ਪਟਾ ਉਤਾਰ ਲਿਆ, ਪਰ ਉਹ ਬਹੁਤ ਹੀ ਪੁਰਾਣਾ ਤੇ ਮਾੜੀ ਹਾਲਤ ਵਿੱਚ ਸੀ। ਉਹਨਾਂ ਨੇ ਉਹ ਪਟਾ ਉੱਥੇ ਹੀ ਛੱਡ ਦਿੱਤਾ। ਅੰਤ ਉਹਨਾਂ ਨੇ ਹੋਰ ਮੋਟਰ ਤੋਂ ਨਵਾਂ ਤੇ ਮਹਿੰਗੀ ਕੰਪਨੀ ਦਾ ਪਟਾ ਚੋਰੀ ਕਰ ਲਿਆ। ਪਟਾ ਚੋਰੀ ਕਰਕੇ ਉਹ ਤੁਰੇ ਹੀ ਸਨ ਕਿ ਕਿਰਪਾਲ ਨੇ ਆਪਣੇ ਦੋਸਤ ਨੂੰ ਕਿਹਾ, ਪ੍ਰੇਮ ਰੁਕ ਜਾ। ਪ੍ਰੇਮ ਸਿੰਘ ਨੇ ਪੁੱਛਿਆ, ਕੀ ਹੋਇਆ? ਕਿਰਪਾਲ ਨੇ ਕਿਹਾ, ਆਪਾਂ ਇਹ ਪਟਾ ਲੈ ਕੇ ਨਹੀਂ ਜਾਵਾਂਗੇ। ਮੇਰੇ ਦਾਦਾ ਜੀ ਕਿਹਾ ਕਰਦੇ ਸਨ ਕਿ ਇਮਾਨਦਾਰੀ ਦੁਨੀਆ ਦੀ ਸਭ ਤੋਂ ਵੱਡੀ ਸ਼ੈ ਹੈ। ਜੇ ਤੁਸੀਂ ਬੇਈਮਾਨੀ ਦਾ ਬਦਲਾ ਬੇਈਮਾਨੀ ਨਾਲ ਲੈਂਦੇ ਹੋ ਤਾਂ ਮਹਾ ਬੇਈਮਾਨ ਹੋ। ਪੂਰੀ ਰੋਟੀ ਨਾ ਲਓ, ਅੱਧੀ ਰੋਟੀ ਖਾ ਲਓ, ਪਰ ਇਮਾਨਦਾਰੀ ਨਾ ਛੱਡੋ। ਦੋਵੇਂ ਦੋਸਤਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਪਟਾ ਉੱਥੇ ਹੀ ਛੱਡ ਕੇ ਵਾਪਸ ਘਰ ਆ ਗਏ। ਸੋ ਬੱਚਿਓ, ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਦਾ ਇਮਾਨਦਾਰ ਬਣਨਾ ਚਾਹੀਦਾ ਹੈ ਅਤੇ ਕਦੀ ਵੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ। ਬੱਚਿਓ, ਅੱਜ ਮੈਂ ਤੁਹਾਨੂੰ ਇਮਾਨਦਾਰੀ ਦੀ ਕਹਾਣੀ ਸੁਣਾਈ ਹੈ। ਸੋ ਬੱਚਿਓ, ਤੁਸੀਂ ਵੀ ਇਮਾਨਦਾਰੀ ਨਾਲ ਸੰਬੰਧਿਤ ਆਪਣੇ ਜੀਵਨ ਦੀ ਕੋਈ ਘਟਨਾ ਜਾਂ ਕਹਾਣੀ ਆਪਣੀ ਕਾਪੀਆਂ 'ਤੇ ਜ਼ਰੂਰ ਲਿਖਣੀ ਹੈ।